ਜੀ ਸਤਿ ਸ਼੍ਰੀ ਅਕਾਲ ਅਤੇ ਨਾਲੇ ਜਿਹੜੀ ਤੁਹਾਡੀ ਹੁਣ ਡਿਊਟੀ ਬਣਦੀ ਹੈ ਚੈਨਲ ਨੂੰ ਸਬਸਕ੍ਰਾਈਬ ਕਰ ਦਿਉ ਇੱਦਾਂ ਉਂਗਲ ਮਾਰ ਕੇ ਨਾਲ ਹੀ ਬੈੱਲ ਆਈਕੋਨ ਬਣਿਆ ਹੋਇਆ ਘੰਟੀ ਜਿਹੀ ਉਹਦੇ 'ਤੇ ਵੀ ਮਾਰ ਦਿਉ ਕਿਉਂਕਿ ਜਦੋਂ ਕੋਈ ਨਵੀਂ ਚੀਜ਼ ਅਸੀਂ ਹੋਰ ਪਾਈ ਤਾਂ ਤੁਹਾਨੂੰ ਨਾਲ ਦੀ ਨਾਲ ਨੋਟੀਫਿਕੇਸ਼ਨ ਆ ਜੂਗੀ। ਮੈਂ ਬਲਦੇਵ ਸਿੰਘ ਤੁਹਾਡੇ ਵਿੱਚੋਂ ਹੀ ਇੱਕ ਦੋ ਸਵਾਲ ਕਰਨੇ ਚਾਹੁੰਦਾ ਹੈ, ਬੀਬਾ ਸਵਾਲਾਂ ਦੇ ਜਵਾਬ ਜ਼ਰੂਰ ਦੇ ਕੇ ਜਾਣ। ਬੀਬਾ ਹਰਸਿਮਰਤ ਕੌਰ ਬਾਦਲ ਅੱਜ ਸਵੇਰੇ ਸਵੇਰੇ ਬਠਿੰਡਾ ਦੇ ਜੌਗਰ ਪਾਰਕ ਵਿੱਚ ਆਏ ਤਾਂ ਚੋਣ ਪ੍ਰਚਾਰ ਲਈ ਸਨ, ਪਰ ਇੱਕ ਬਜ਼ੁਰਗ ਦੇ ਸਵਾਲਾਂ ਵਿੱਚ ਘਿਰ ਗਏ। ਹਾਲਾਂਕਿ ਬੀਬਾ ਜੀ ਨੇ ਬਜ਼ੁਰਗ ਦੇ ਸਵਾਲਾਂ ਨੂੰ ਇਹ ਕਹਿ ਕੇ ਟਾਲ ਦਿੱਤਾ ਕਿ ਸਮਾਂ ਸਵਾਲਾਂ ਦਾ ਨਹੀਂ ਹੈ, ਜਿਸ ਤੋਂ ਬਾਅਦ ਬਜ਼ੁਰਗ ਨੇ ਆਪਣੇ ਭਾਈਚਾਰੇ ਵੱਲੋਂ ਅਕਾਲੀਆਂ ਦੇ ਬਾਈਕਾਟ ਦਾ ਐਲਾਨ ਕਰ ਦਿੱਤਾ। ਬਜ਼ੁਰਗ ਦੇ ਇੰਨਾ ਕਹਿਣ ਦੀ ਦੇਰ ਹੀ ਸੀ ਕਿ ਹਰਸਿਮਰਤ ਕੌਰ ਆਏ ਵਰਕਰ ਉਸ ਬਜ਼ੁਰਗ ਨਾਲ ਉਲਝ ਗਏ, ਜਦਕਿ ਹਰਸਿਮਰਤ ਕੌਰ ਬਾਦਲ ਤੇ ਉਹਨਾਂ ਨਾਲ ਆਏ ਸਰੂਪ ਚਾਂਦਾ ਸਿੰਗਲਾ ਉੱਥੋਂ ਦੜ ਵੱਟ ਕੇ ਲੰਘ ਗਏ। ਬਾਅਦ ਵਿੱਚ ਬਜ਼ੁਰਗ ਨੇ ਮੀਡੀਆ ਨਾਲ ਗੱਲ ਕਰਦਿਆਂ ਬਹਿਬਲ ਕਲਾਂ ਗੋਲੀਕਾਂਡ ਨੂੰ ਲੈ ਕੇ ਅਕਾਲੀਆਂ ਦੇ ਗੁੱਸਾ ਪ੍ਰਗਟ ਕੀਤਾ। ਵੈਸੇ ਤਾਂ ਥਾਂ ਥਾਂ ਤੇ ਵੋਟਾਂ ਮੰਗਣ ਆਏ ਨੇਤਾਵਾਂ ਨਾਲ ਲੋਕ ਗੁੱਸਾ ਕੱਢ ਰਹੇ ਨੇ ਅਤੇ ਤਿੱਖੇ ਸਵਾਲਾਂ ਨਾਲ ਨੇਤਾਵਾਂ ਦੀਆਂ ਬੋਲਦੀਆਂ ਬੰਦ ਕਰ ਰਹੇ ਨੇ। ਬੇਅਦਬੀ ਤੇ ਬਹਿਬਲ ਕਲਾਂ ਗੋਲੀਕਾਂਡ ਨੂੰ ਲੈ ਕੇ ਅਕਾਲੀਆਂ ਖਿਲਾਫ ਲੋਕਾਂ ਦਾ ਰੋਸ ਕੁਝ ਜ਼ਿਆਦਾ ਹੀ ਦੇਖਣ ਨੂੰ ਮਿਲ ਰਿਹਾ ਹੈ। ਜਦੋਂ ਉਸੇ ਹੀ ਬੈਂਚ ਤੇ ਚੜ੍ਹ ਕੇ ਬੋਲਣ ਲੱਗੇ ਤਾਂ ਉਹ ਸਾਨੂੰ ਇਹ ਕਹਿ ਕੇ ਬਈ ਇਹ ਸਵਾਲਾਂ ਦਾ ਟਾਈਮ ਨਹੀਂ, ਪਰ ਇੱਥੇ ਵੀ ਮੈਂ ਪੁੱਛਣਾ ਚਾਹੁੰਦਾ ਵੀ ਜਦੋਂ ਤੁਸੀਂ ਆਉਂਦੇ ਹੋ ਸਾਡੇ ਕੋਲ ਸਾਡੇ ਨਾਲ ਗੱਲਬਾਤ ਕਰਨ ਆਉਂਦੇ ਹੋ, ਜਦੋਂ ਅਸੀਂ ਗੱਲਬਾਤ ਕਰਨ ਵਾਸਤੇ ਤਿਆਰ ਹੁੰਦੇ ਹਾਂ ਮੂਹਰੇ, ਤਾਂ ਤੁਹਾਡਾ ਜਵਾਬ ਹੁੰਦਾ ਵੀ ਸਾਡੇ ਕੋਲ ਸਵਾਲਾਂ ਦਾ ਟਾਈਮ ਨਹੀਂ, ਤੁਸੀਂ ਸਾਨੂੰ ਸਵਾਲ ਨਾ ਕਰੋ। ਕਾਹਤੋਂ ਨਾ ਕਰੀਏ, ਮੈਨੂੰ 5 ਸਾਲ ਹੋ ਗਏ, ਮੈਂ ਇੱਕ ਛੋਟੇ ਜਿਹੇ ਮਸਲੇ ਵਿੱਚ ਸਿਰਫ 20 ਮਿੰਟ ਮੰਗੇ ਸੀ, ਨਕਈ ਤੋਂ ਵੀ ਮੰਗੇ ਸੀਗੇ, ਬੀਬੀ ਗੋਲਸਣ ਰਾਹੀਂ ਵੀ ਮੰਗੇ ਸੀ, ਪਰ ਇਹਨਾਂ ਮੈਨੂੰ ਜਵਾਬ ਮਿਲਿਆ ਵੀ ਸਾਡੇ ਕੋਲ ਟਾਈਮ ਨਹੀਂ। ਜੇ 5 ਸਾਲਾਂ 'ਚ ਟਾਈਮ ਨਹੀਂ ਤੇ ਹੁਣ 20 ਮਿੰਟ ਜਾਂ ਮਤਲਬ 10 ਮਿੰਟ ਸਾਡੇ ਕੋਲ ਕੀ ਲੈਣ ਆਉਂਦੇ ਜੇ ਸਾਡੀ ਗੱਲ ਹੀ ਨਹੀਂ ਸੁਣਨੀ। ਇਹ ਤੁਹਾਡਾ ਨਿੱਜੀ ਮਾਮਲਾ ਸੀਗਾ ਜਾਂ ਭਾਈਚਾਰੇ ਦਾ? ਨਹੀਂ, ਜਿਹੜੇ ਤਾਂ 20 ਮਿੰਟ ਲੈਣ ਵਾਲੇ ਸੀ ਉਹ ਤਾਂ ਮੇਰਾ ਸੀਗਾ ਭੁੱਲਰ ਭਾਈਚਾਰੇ ਦਾ ਮਾਮਲਾ, ਪੰਜਾਬ ਲੈਵਲ 'ਤੇ ਅਸੀਂ ਸੰਘਰਸ਼ ਲੜਦੇ ਹਾਂ, ਪਰ ਜਿਹੜੀ ਮੇਰੀ ਇੱਥੇ ਗੱਲ ਸੀ ਉਹ ਨਿੱਜੀ ਸੀਗੀ। ਮੇਰਾ ਸਵਾਲ ਕੀ ਸੀ, ਸਭ ਤੋਂ ਪਹਿਲਾ ਸਵਾਲ ਇਹ ਸੀਗਾ ਵੀ ਜਨਰਲ ਅਡਵਾਇਰ ਨੇ 1919 'ਚ ਜੱਲਿਆਂਵਾਲੇ ਬਾਗ 'ਚ ਗੋਲੀਆਂ ਚਲਾਈਆਂ ਸੀ, ਪਰ ਜਨਰਲ ਅਡਵਾਇਰ ਨੇ ਇਹ ਨਹੀਂ ਲਿਖਿਆ ਸੀ ਵੀ ਸਾਡੀ ਪੁਲਿਸ ਅਣਪਛਾਤੀ ਹੈ। ਇੱਥੇ ਸੁਖਬੀਰ ਸਿੰਘ ਨੇ ਡਿਪਟੀ CM ਹੁੰਦੇ ਹੋਏ, ਜਿਹਦੇ ਕੋਲ ਗ੍ਰਹਿ ਮੰਤਰਾਲਾ ਸੀ, ਉਹਦੀ ਡਿਊਟੀ ਬਣਦੀ ਸੀ, ਉਹਦੀ ਜ਼ਿੰਮੇਵਾਰੀ ਬਣਦੀ ਸੀ, ਪਰ ਉਹਨੇ ਜਨਰਲ ਅਡਵਾਇਰ ਵਾਲਾ ਰੋਲ ਨਿਭਾਇਆ, ਉੱਥੇ ਆਰਡਰ ਦਿੱਤੇ। ਬਾਅਦ ਵਿੱਚ ਕੀ ਲਿਖਿਆ ਅਖਬਾਰਾਂ ਦੇ ਵਿੱਚ ਵੀ ਜਿਹੜੀ ਪੁਲਿਸ ਹੈ ਉਹ ਅਣਪਛਾਤੀ ਹੈ? ਮੈਂ ਇਹੀ ਪੁੱਛਣਾ ਚਾਹੁੰਦਾ ਸੀ ਵੀ ਜਾਂ ਤਾਂ ਸਾਰੀ ਪੁਲਿਸ ਫੋਰਸ ਡਿਪਟੀ CM ਤੋਂ ਬੇਬਾਰੀ ਸੀਗੀ, ਇਹ ਮੰਨ ਜੇ, ਤੇ ਜਾਂ ਇਹ ਮੰਨ ਜੇ ਵੀ ਮੈਂ ਆਰਡਰ ਦਿੱਤੇ ਆ ਮੇਰੇ ਆਰਡਰਾਂ ਨਾਲ, ਮਤਲਬ ਉੱਥੇ ਫਲਾਣੇ ਬੰਦਿਆਂ ਨੇ ਗੋਲੀ ਚਲਾਈ ਹੈ, ਪੁਲਿਸ ਕਦੇ ਵੀ ਅਣਪਛਾਤੀ ਨਹੀਂ ਹੋ ਸਕਦੀ। ਇਹ ਤੁਸੀਂ ਬਹਿਬਲ ਕਲਾਂ ਕਾਂਡ ਬਾਰੇ ਗੱਲ ਕਰਦੇ ਹੋ? ਹਾਂਜੀ, ਇਹ ਗੱਲਾਂ ਮੈਂ ਰੱਖਣਾ ਚਾਹੁੰਦਾ ਸੀ ਵੀ ਤੁਸੀਂ 10 ਸਾਲ ਲਾ ਤੇ 2 ਸਾਲਾਂ ਦੇ ਵਿੱਚ ਤਾਂ ਕਾਂਗਰਸ ਨੇ ਬੇਰੁਜ਼ਗਾਰੀ ਪੈਦਾ ਨਹੀਂ ਕਰਤੀ, 10 ਸਾਲਾਂ ਦੇ ਵਿੱਚ ਤੁਸੀਂ ਕੀ ਸ਼ਡਿਊਲ ਬਣਾਇਆ ਸਾਡੇ ਬੱਚਿਆਂ ਦਾ? ਸਾਡੇ ਬੱਚੇ 10ਵੀਂ ਤੋਂ ਗਾਹਾਂ ਜਾ ਕੇ ਸਾਰੇ ਹੀ ਦਿਮਾਗੀ ਤੌਰ 'ਤੇ ਅਪਸੈਟ ਹੁੰਦੇ ਆ ਵੀ ਅਸੀਂ ਕੀ ਪੜ੍ਹੀਏ ਅਤੇ ਕੀ ਕਰੀਏ। ਜਿਹੜੇ ਡਿਗਰੀਆਂ ਚੱਕੀ ਫਿਰਦੇ ਆ ਉਹ ਵੀ ਸਾਨੂੰ ਪਤਾ, ਬਾਹਰ ਜਾ ਕੇ ਵਿਚਾਰੇ ਸਾਡੀਆਂ ਹੀ ਕੁੜੀਆਂ ਕਿਵੇਂ ਪੋਚੇ ਲਾਉਂਦੀਆਂ, ਕਿਵੇਂ ਟਾਈਮ ਪਾਸ ਕਰਦੀਆਂ। ਇਹ ਮੈਂ ਇਹਦੇ ਮੂਹਰੇ ਸਵਾਲ ਰੱਖਣੇ ਸੀ ਵੀ ਤੁਹਾਡੀ ਟਰਾਂਸਪੋਰਟ ਵਧੀ, ਤੁਹਾਡੀਆਂ ਜ਼ਮੀਨਾਂ ਵਧੀਆਂ। ਜੇਕਰ ਸੱਚ ਬੋਲਣਾ ਸੱਚ ਲਿਖਣਾ ਬਗਾਵਤ ਹੈ ਤਾਂ ਸਮਝੋ ਅਸੀਂ ਬਾਗੀ ਹਾਂ। ਸੱਚ ਅਤੇ ਹੱਕ ਦੀ ਆਵਾਜ਼, ਦੁਨੀਆ ਦੇ ਹਰ ਕੋਨੇ ਕੋਨੇ ਦੀ ਗੱਲ, ਪੰਜਾਬ TV ਕਰੇਗਾ ਸੱਚ ਦਾ ਖੁਲਾਸਾ। ਤੁਸੀਂ ਦੇਖਦੇ ਰਹੋ ਪੰਜਾਬ TV, ਸੱਚ ਅਤੇ ਹੱਕ ਦੀ ਆਵਾਜ਼।